ਪੰਜਾਬ ਵਿੱਚ 1984 ਵਿੱਚ ਫੌਜ ਬੁਲਾਉਣ ਦੇ ਹੁਕਮ ਗ੍ਰਹਿ ਸਕੱਤਰ ਵੱਲੋਂ ਜਾਰੀ ਹੋਏ, ਮੇਰੇ ਵੱਲੋਂ ਨਹੀਂ। ਇਹ ਕਹਿਣਾ ਹੈ ਰਮੇਸ਼ ਇੰਦਰ ਸਿੰਘ ਦਾ। ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਦਰਬਾਰ ਸਾਹਿਬ 'ਤੇ ਜੂਨ 1984 ਨੂੰ ਹੋਏ ਫੌਜੀ ਹਮਲੇ ਲਈ ਨਾ ਤਾਂ ਮੇਰੇ ਵੱਲੋਂ ਕੋਈ ਪੱਤਰ ਜਾਰੀ ਕੀਤਾ ਗਿਆ ਅਤੇ ਨਾ ਹੀ ਇਸ ਲਈ ਪੁੱਛਿਆ ਗਿਆ। ਉਸ ਸਮੇਂ ਦੇ ਤਤਕਾਲੀ ਗਵਰਨਰ ਸ਼੍ਰੀ ਪਾਂਡੇ ਦੇ ਹੁਕਮਾਂ ਤਹਿਤ ਉਸ ਸਮੇਂ ਦੇ ਤਤਕਾਲੀ ਗ੍ਰਹਿ ਸਕੱਤਰ ਸਵਰਗੀ ਅਮਰੀਕ ਸਿੰਘ ਪੂਨੀ ਦੇ ਵੱਲੋਂ ਪੰਜਾਬ ਦੇ ਵਿੱਚ ਫੌਜ ਬੁਲਾਉਣ ਦੇ ਲਈ ਪੱਤਰ ਜਾਰੀ ਕੀਤਾ ਗਿਆ ਸੀ। ਇਹ ਪੱਤਰ ਅਮਰੀਕ ਸਿੰਘ ਪੂਨੀ ਵੱਲੋਂ ਜਾਰੀ ਕਰਨ ਦੀ ਪੁਸ਼ਟੀ ਪੰਜਾਬ ਦੇ ਸਾਬਕਾ ਮੁੱਖ ਸਕੱਤਰ KD ਵਾਸੂਦੇਵ ਨੇ ਇੱਕ ਲੇਖ ਅਤੇ ਪੰਜਾਬੀ ਦੇ ਇੱਕ TV ਚੈਨਲ ਦੇ ਨਾਲ ਇੰਟਰਵਿਊ ਦੇ ਵਿੱਚ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਸਕੱਤਰ SS ਧਨੋਆ ਵੱਲੋਂ ਲਿਖੀ ਗਈ ਆਪਣੀ ਕਿਤਾਬ ਦੇ ਵਿੱਚ ਵੀ ਫੌਜ ਬੁਲਾਉਣ ਅਤੇ ਪੱਤਰ ਜਾਰੀ ਕਰਨ ਦੀ ਪੁਸ਼ਟੀ ਵੀ ਕੀਤੀ ਗਈ ਹੈ। ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ਸਾਬਕਾ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਖਾਸ ਤੌਰ 'ਤੇ ਕੀਤਾ ਹੈ। ਖਾਲੜਾ ਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਰਮੇਸ਼ ਇੰਦਰ ਸਿੰਘ ਦਾ ਨਾਮ ਸਾਕਾ ਨੀਲਾ ਤਾਰਾ ਨਾਲ ਜੋੜਨ ਸੰਬੰਧੀ ਉਹਨਾਂ ਸਪਸ਼ਟੀਕਰਨ ਦਿੰਦਾ ਦੱਸਿਆ ਹੈ ਕਿ ਉਹ ਤਾਂ 1978 ਵਿੱਚ ਪੰਜਾਬ ਆ ਗਏ ਸਨ ਅਤੇ ਉਹਨਾਂ ਦੀ ਪਹਿਲੀ ਨਿਯੁਕਤੀ ਬਤੌਰ ਅਡੀਸ਼ਨਲ ਡਿਪਟੀ ਕਮਿਸ਼ਨਰ ਫਰੀਦਕੋਟ ਵਜੋਂ ਹੋਈ ਸੀ। ਉਹਨਾਂ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਦੇ ਵਿਦੇਸ਼ ਜਾਣ ਦੇ ਲਈ ਅਪ੍ਰੈਲ 1984 ਵਿੱਚ ਛੁੱਟੀ ਲਈ ਦਰਖਾਸਤ ਦਿੱਤੀ ਸੀ। 3 ਜੂਨ 1984 ਨੂੰ ਸਵੇਰੇ 11 ਵਜੇ ਗੁਰਦੇਵ ਸਿੰਘ ਬਰਾੜ ਵੱਲੋਂ ਅੰਮ੍ਰਿਤਸਰ ਵਿੱਚ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਅਤੇ ਉਸ ਤੋਂ ਬਾਅਦ 4 ਜੂਨ ਨੂੰ ਰਮੇਸ਼ ਇੰਦਰ ਸਿੰਘ ਨੇ ਬਤੌਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਅਹੁਦਾ ਸੰਭਾਲ ਲਿਆ। ਰਮੇਸ਼ ਇੰਦਰ ਸਿੰਘ ਨੇ ਇਹ ਵੀ ਦੱਸਿਆ ਹੈ ਕਿ 1983 ਦੇ ਵਿੱਚ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਐਲਾਨਿਆ ਜਾ ਚੁੱਕਿਆ ਸੀ। ਇਸ ਹੁਕਮ ਦੇ ਨਾਲ ਸੁਰੱਖਿਆ ਦਸਤੇ ਕਿਸੇ ਵੀ ਅਦਾਰੇ ਜਾਂ ਘਰ ਅੰਦਰ ਦਰਵਾਜ਼ਾ ਤੋੜ ਕੇ ਦਾਖਲ ਹੋ ਸਕਦੇ ਹਨ ਅਤੇ ਤਲਾਸ਼ੀ ਤੋਂ ਇਲਾਵਾ ਹੋਰ ਲੋੜੀਂਦੀ ਕਾਰਵਾਈ ਵੀ ਕਰ ਸਕਦੇ ਸਨ। ਇਹ ਸਾਰੇ ਹੁਕਮ ਤਾਂ ਉਹਨਾਂ ਦੇ ਡਿਪਟੀ ਕਮਿਸ਼ਨਰ ਬਣਨ ਤੋਂ ਪਹਿਲਾਂ ਜਾਰੀ ਹੋ ਚੁੱਕੇ ਸਨ। ਉਹਨਾਂ ਕਿਹਾ ਕਿ ਕੁਝ ਜਥੇਬੰਦੀਆਂ ਅਤੇ ਵਿਅਕਤੀਆਂ ਵੱਲੋਂ ਬਿਆਨਬਾਜ਼ੀ ਕਰਕੇ ਉਹਨਾਂ ਦਾ ਨਾਮ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੇ ਨਾਲ ਰਿਸ਼ਤੇਦਾਰੀ ਵਜੋਂ ਜੋੜਿਆ ਜਾ ਰਿਹਾ ਹੈ। ਇਸ ਵਿੱਚ ਕੋਈ ਵੀ ਸੱਚਾਈ ਨਹੀਂ ਹੈ। ਬਾਦਲ ਪਰਿਵਾਰ ਦੇ ਨਾਲ ਉਹਨਾਂ ਦੀ ਕੋਈ ਦੂਰ ਦੀ ਵੀ ਰਿਸ਼ਤੇਦਾਰੀ ਨਹੀਂ ਹੈ। ਉਹਨਾਂ ਇਹ ਵੀ ਸਾਫ ਕੀਤਾ ਹੈ ਕਿ ਉਹਨਾਂ ਦੀ ਹੋਰ ਵੀ ਕਿਸੇ ਸਿਆਸੀ ਪਰਿਵਾਰ ਨਾਲ ਕਿਸੇ ਤਰ੍ਹਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਹੈ। ਬੇਲੋੜਾ ਅਤੇ ਤੱਥਾਂ ਤੋਂ ਦੂਰ ਉਹਨਾਂ ਦਾ ਨਾਮ ਕੁਝ ਲੋਕਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨਾਲ ਜੋੜਿਆ ਜਾ ਰਿਹਾ ਹੈ। ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, USA ਦੀ PR ਵਾਸਤੇ ਇੱਕ ਲੀਗਲ ਤਰੀਕਾ ਅਵੇਲੇਬਲ ਹੈ। ਸਕਾਲਰਸ਼ਿਪਸ ਅਵੇਲੇਬਲ ਨੇ, ਸਟੂਡੈਂਟ ਲੋਨਸ ਅਵੇਲੇਬਲ ਨੇ, ਐਜੂਕੇਸ਼ਨ ਦੇ ਪਾਥਵੇਜ਼ ਅਵੇਲੇਬਲ ਨੇ। ਰਾਈਟ ਐਜੂਕੇਸ਼ਨ ਦੇ ਨਾਲ ਇਨ ਮੁਲਕਾਂ 'ਚ ਸਹੀ ਤਰੀਕੇ ਨਾਲ ਸੈਟਲ ਹੋਣਾ ਬਹੁਤ ਆਸਾਨ ਹੈ। PR ਵੀ ਕੋਈ ਔਖੀ ਨਹੀਂ, ਜੇ ਠੀਕ ਕੋਰਸ ਚੁਣਿਆ ਹੋਵੇ, ਠੀਕ ਕੋਡ ਚੁਣਿਆ ਹੋਵੇ, ਠੀਕ ਨੌਕ ਚੁਣਿਆ ਹੋਵੇ, ਔਰ ਬਹੁਤ ਥੋੜ੍ਹੇ ਪੈਸਿਆਂ ਦੀ ਇਨਵੈਸਟਮੈਂਟ 'ਤੇ ਵੀ ਆਂਟਰਪ੍ਰੀਨਿਓਰ ਵੀਜ਼ਾ ਇਨਵੈਸਟਮੈਂਟ ਪ੍ਰੋਗਰਾਮ ਵਿੱਚ ਤੁਸੀਂ ਆਸਟ੍ਰੇਲੀਆ ਔਰ ਕੈਨੇਡਾ ਔਰ ਇਵਨ UK ਦੇ ਅੰਦਰ ਬਹੁਤ ਸਹੀ ਤਰੀਕੇ ਨਾਲ ਸੈਟਲ ਹੋ ਸਕਦੇ ਹੋ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।